ਦੋਸਤੋ ਵੈਲਕਮ ਆ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ YouTube ਚੈਨਲ ਵੈਬਟੈਕ ਹੱਟ ਦੇ ਵਿੱਚ ਅਤੇ PHP ਦੇ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਡੇਟ ਟਾਈਮ ਸੈੱਟ ਫੰਕਸ਼ਨ ਦੀ। ਠੀਕ ਹੈ, ਤਾਂ ਨਾਮ ਤੋਂ ਤੁਹਾਨੂੰ ਪਤਾ ਲੱਗ ਰਿਹਾ ਹੋਊਗਾ ਕਿ ਇਹ ਟਾਈਮ ਸੈੱਟ ਕਰਨ ਵਾਲਾ ਫੰਕਸ਼ਨ ਹੈ ਡੇਟ ਦੇ ਵਿੱਚ। ਠੀਕ ਹੈ, ਅਤੇ ਯਾਨੀ ਕਿ ਇਹ ਫੰਕਸ਼ਨ ਨੂੰ ਕਿਸੇ ਵੀ ਡੇਟ ਦੇ ਵਿੱਚ ਆਪਾਂ ਕੋਈ ਟਾਈਮ ਸੈੱਟ ਕਰ ਸਕਦੇ ਹਾਂ। ਯਾਨੀ ਕਿ ਇੱਥੇ ਮੈਂ ਇੱਕ ਡੇਟ ਬਣਾ ਲੈਂਦਾ, ਡੇਟ ਨਾਮ ਦਾ ਵੇਰੀਏਬਲ, ਅਤੇ ਕ੍ਰੀਏਟ ਡੇਟ, ਕ੍ਰੀਏਟ ਨਾਮ ਵਾਲਾ ਫੰਕਸ਼ਨ ਆਪਾਂ ਕਾਲ ਕਰਕੇ ਕੋਈ ਵੀ ਡੇਟ ਕ੍ਰੀਏਟ ਕਰ ਲੈਂਦੇ ਹਾਂ। ਹੈ ਨਾ, ਜਿਵੇਂ ਮੰਨ ਲਓ ਮੈਂ ਡੇਟ ਕ੍ਰੀਏਟ ਕਰ ਲੈਂਦਾ 2015 ਦੀ 10, ਮਹੀਨਾ ਹੈਗਾ 10 ਅਤੇ 30 ਤਰੀਕ। ਠੀਕ ਹੈ, ਅਤੇ ਆਹ ਡੇਟ ਆਪਾਂ ਕ੍ਰੀਏਟ ਕਰ ਲਈ। ਹੁਣ ਇਹ ਡੇਟ ਦੇ ਵਿੱਚ ਆਪਾਂ ਟਾਈਮ ਸੈੱਟ ਕਰਨਾ। ਹੁਣ ਇਹਦੇ ਵਿੱਚ ਆਪਾਂ ਨੋਰਮਲ ਜਿਹਨੂੰ ਪ੍ਰਿੰਟ ਕਰਾਂਗੇ ਤਾਂ ਨੋਰਮਲ ਟਾਈਮ ਆਪਣਾ ਜਿਹੜਾ ਹੋਊਗਾ ਉਹ ਆਊਗਾ, ਹੈ ਨਾ, ਜਿਹੜਾ ਹੁਣ ਚੱਲ ਰਿਹਾ। ਬਟ ਕੋਈ ਵੀ ਟਾਈਮ ਆਪਾਂ ਸੈੱਟ ਕਰਨਾ ਤਾਂ ਡੇਟ ਟਾਈਮ ਸੈੱਟ ਫੰਕਸ਼ਨ, ਜਿਹੜਾ PHP ਦਾ ਇਨਬਿਲਡ ਫੰਕਸ਼ਨ, ਉਹਦੇ ਵਿੱਚ ਆਪਾਂ ਕਾਲ ਕਰਾਂਗੇ ਸਾਰਿਆਂ ਨਾਲੋਂ ਪਹਿਲਾਂ ਡੇਟ ਓਬਜੈਕਟ। ਠੀਕ ਹੈ, ਜਿਹੜਾ ਆਪਾਂ ਡੇਟ, ਪੁਰਾਣੀ ਡੇਟ ਹੈ ਜਿਹਦੇ ਵਿੱਚ ਆਪਾਂ ਟਾਈਮ ਸੈੱਟ ਕਰਨਾ, ਉਸ ਡੇਟ ਓਬਜੈਕਟ ਦੇ ਵਿੱਚ ਆਪਾਂ ਕੋਈ ਟਾਈਮ ਸੈੱਟ ਕਰਨਾ। ਜਿਵੇਂ ਮੰਨ ਲਓ ਇੱਥੇ ਮੈਂ ਦੇ ਦਿੰਦਾ 2:10। ਠੀਕ ਹੈ, 2:10 ਉਹਦੇ ਵਿੱਚ ਟਾਈਮ ਆਵੇ, ਸੈਕਿੰਡਸ ਵੀ ਆਪਾਂ ਦੇ ਸਕਦੇ ਹਾਂ ਇੱਥੇ, ਕੋਈ ਚੱਕਰ ਨਹੀਂ, ਅਤੇ ਮਾਈਕਰੋ ਸੈਕਿੰਡ ਵੀ ਦੇ ਸਕਦੇ ਹਾਂ, ਜਿਵੇਂ ਮੰਨ ਲਓ 10 ਮਿੰਟ ਅਤੇ 30 ਸੈਕਿੰਡ। ਠੀਕ ਹੈ, ਤਾਂ ਹਾਂ ਤਿੰਨ ਚੀਜ਼ਾਂ ਆਪਾਂ ਦੇ ਦਿੱਤੀਆਂ। ਹੁਣ ਜੇ ਮੰਨ ਲਓ ਮੈਂ ਇਹ ਐਕੋ ਕਰੂੰਗਾ, ਹੈ ਨਾ, ਡੋਲਰ ਡੇਟ ਨੂੰ। ਠੀਕ ਹੈ, ਤਾਂ ਇਸ ਤਰੀਕੇ ਨਾਲ ਉਹਨੇ ਐਕੋ ਨਹੀਂ ਹੋਣਾ ਕਿਉਂਕਿ ਉਹ ਇੱਕ ਓਬਜੈਕਟ ਹੈ। ਮੈਂ ਤੁਹਾਨੂੰ ਦਿਖਾਉਣਾ, ਰੀਫਰੈਸ਼ ਕਰਦੇ ਹਾਂ ਆਪਾਂ ਅਤੇ ਫਾਈਲ ਦੇਖਦੇ ਹਾਂ। ਦੇਖੋ ਆਪਣੇ ਕੋਲ ਐਰਰ ਆ ਗਿਆ ਕਿਉਂਕਿ ਉਹ ਓਬਜੈਕਟ ਹੈ, ਉਹ ਸਿੱਧਾ ਕਨਵਰਟ ਨਹੀਂ ਕਰ ਸਕਦੇ ਆਪਾਂ ਸਟ੍ਰਿੰਗ 'ਚ, ਅਤੇ ਉਹਨੂੰ ਐਕੋ ਕਰਨ ਵਾਸਤੇ ਆਪਾਂ ਨੂੰ ਕੀ ਕਰਨਾ ਪੈਂਦਾ ਹੈ, ਡੇਟ ਫਾਰਮੈਟ ਦੇ ਵਿੱਚ। ਠੀਕ ਹੈ, ਪਹਿਲਾਂ ਪਾਸ ਕਰਾਂਗੇ ਉਹ ਓਬਜੈਕਟ। ਠੀਕ ਹੈ, ਸੈਕਿੰਡ ਨੰਬਰ 'ਤੇ ਜਿਹੜਾ ਫਾਰਮੈਟ ਆਪਾਂ ਦੇਣਾ। ਠੀਕ ਹੈ, ਅਤੇ ਮੈਂ ਦੇਣਾ ਇੱਥੇ, ਮੰਨ ਲਓ ਪਹਿਲਾਂ ਆਵੇ ਆਪਣਾ ਡੇ, ਫਿਰ ਆਵੇ ਮੰਥ, ਫਿਰ ਆਵੇ ਈਅਰ। ਠੀਕ ਹੈ, ਅਤੇ ਆਹ ਦੇਖਿਓ ਜੋ ਹੁਣ, ਅਤੇ ਹਜੇ ਇੱਕ ਵਾਰੀ ਸਿੰਪਲ ਇਹ ਉੱਪਰ ਪ੍ਰਿੰਟ ਕਰਕੇ ਦੇਖਦੇ ਹਾਂ। ਤਾਂ ਆਪਾਂ ਨੇ ਜਿਹੜੀ ਡੇਟ ਸੀਗੀ ਆਹ 30/10/2015, ਹੈ ਨਾ, ਤਾਂ ਆਹ ਵਾਈ ਮੈਂ ਥੋੜ੍ਹਾ ਜਿਹਾ ਕੁਝ ਕਰ ਦਿਆਂ ਵੱਡਾ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਵਾਕਈ ਇਹ ਈਅਰ ਹੈ, ਇਹ ਡੇਟ ਆਪਾਂ ਕ੍ਰੀਏਟ ਕੀਤੀ ਸੀਗੀ। ਅਤੇ ਸੈਕਿੰਡ ਨੰਬਰ 'ਤੇ ਆਪਾਂ ਇੱਥੇ ਕੀ ਕੀਤਾ ਸੀ, ਉਹ ਡੇਟ ਦੇ ਵਿੱਚ ਆਹ ਟਾਈਮ ਐਡ ਕੀਤਾ ਆਪਦੇ ਵੱਲੋਂ, ਹੈ ਨਾ, ਅਤੇ ਹੁਣ ਇਕੱਲੀ ਡੇਟ ਤਾਂ ਆਪਾਂ ਨੂੰ ਸ਼ੋ ਹੋ ਰਹੀ ਹੈ, ਅਤੇ ਨਾਲ ਜੇ ਮੈਂ ਇੱਥੇ ਐਚ ਆਈ ਐੱਸ, ਹੈ ਨਾ, ਜੇ ਤੁਹਾਨੂੰ ਦਿਖਾਵਾਂ ਹੁਣ, ਨਾਲ ਆਪਾਂ ਨੂੰ ਟਾਈਮ ਵੀ ਮਿਲੂਗਾ 2:10 ਅਤੇ 30 ਸੈਕਿੰਡ। ਆਹ ਦੇਖੋ ਵੀ ਇੱਥੇ ਆਪਾਂ ਸੈੱਟ ਕੀਤਾ ਸੀਗਾ, ਹੈ ਨਾ, ਅਤੇ ਪੁਰਾਣੀ ਕਿਸੇ ਵੀ ਡੇਟ ਦੇ ਵਿੱਚ, ਪੁਰਾਣੀ ਜਾਂ ਨਵੀਂ ਡੇਟ ਦੇ ਵਿੱਚ ਆਪਾਂ ਕੋਈ ਟਾਈਮ ਕ੍ਰੀਏਟ ਕਰ ਸਕਦੇ ਹਾਂ। ਜਿਵੇਂ ਮੰਨ ਲਓ ਫਿਊਚਰ ਦੀ ਆਪਾਂ 2024 ਦੀ ਡੇਟ ਬਣਾ ਦਿੰਦੇ ਹਾਂ ਇਹ। ਠੀਕ ਹੈ, ਅਤੇ ਉਹਦੇ ਵਿੱਚ ਵੀ ਆਹ ਟਾਈਮ ਆਪਾਂ ਸੈੱਟ ਕਰ ਸਕਦੇ ਹਾਂ, ਅਤੇ ਪਾਸਟ ਦੀ ਡੇਟ ਦੇ ਵਿੱਚ ਵੀ ਕਰ ਸਕਦੇ ਹਾਂ। 2020 ਵਾਲੀ ਡੇਟ ਹੈ, ਉਹਦੇ ਵਿੱਚ ਆਪਾਂ ਆਪਦਾ ਟਾਈਮ ਸੈੱਟ ਕਰ ਸਕਦੇ ਹਾਂ ਡੇਟ ਟਾਈਮ ਫੰਕਸ਼ਨ ਸੈੱਟ ਦੇ ਦਾ ਯੂਜ਼ ਕਰਕੇ। ਠੀਕ ਹੈ, ਤਾਂ ਦੋਸਤੋ ਜੇ ਆਪ ਵੀਡੀਓ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰ ਦਿਆ ਕਰੋ, ਅਤੇ ਆਪਣੇ ਚੈਨਲ ਨੂੰ ਜੇ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲਓ,
ਅਤੇ ਜੇ ਪੂਰੀ ਪਲੇਲਿਸਟ ਤੁਸੀਂ PHP ਦੀ ਹਜੇ ਤੱਕ ਨਹੀਂ ਦੇਖੀ ਤਾਂ ਉਹਦਾ ਲਿੰਕ ਤੁਹਾਨੂੰ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੂਗਾ, ਅਤੇ ਤੁਸੀਂ ਪੂਰੀ PHP ਸਿੱਖ ਸਕਦੇ ਹੋ ਉਹ 'ਤੇ ਕਲਿੱਕ ਕਰਕੇ। ਤਾਂ ਬਾਏ ਬਾਏ ਦੋਸਤੋ, ਮਿਲਦੇ ਹਾਂ ਆਪਾਂ ਅਗਲੀ ਵੀਡੀਓ ਦੇ ਵਿੱਚ। ਓਕੇ, ਬਾਏ ਬਾਏ।